सत श्री अकाल दा अनम्यूट देख रहे हो तुसीं। तरन तारण तो एक बेहद मनभागी खबर सामने आई है। तरन तारण के इलाके तौड़ा चौंकी दे विच एक वड्डा हादसा वापरिया जिथे एक घर दे विच सुते पए परिवार के उत्ते कंध डिग गई है, जिस तों बाद एक बीबी की मौत हो गई है ते कई जने जख्मी होए ने। बेहद मनभागी खबर क्योंकि बीती रात सारा परिवार बेड़े दे विच इकट्ठा सुता पिया सी ते अचानक ये हादसा वापरिया कि कंध डिग गई है। तस्वीरां तुहानूं दिखा रहे हैं कि बुरे तरीके दे नाल जख्मी होए ये लोग जिहड़े इस डिगी हुई कंध दे थले आए ने, मलबे दे थले आए ने, जिस दे विच एक बीबी की मौत हुई है ते कई जने जख्मी होए ने। आले दुआले जदों गुआंढी पहुँचे उन्होंने हाल दस्सिया कि किस तरीके दे नाल जिहड़ी बीबी की मौत हुई है उसदे गंभीर सट्टां लगियां होईयां सन, पर उन्हां दी मौके ते ही मौत हो चुकी सी। हालांकि बाद विच जदों जख्मियों नूं हस्पताल पहुँचाया गया तो उन्होंने भी लैके गए सी, पर डॉक्टरां दे वल्लों कहा गया कि उन्हां दी पहलां ही मौत हो चुकी है। आले दुआले दे लोग की कह रहे ने, गुआंढी जिहड़े उत्थे पहुंचे सन बचाउण दे लई जां फिर देखण दे लई, ओह तुहानूं सुना रहे हां। ਰੰਤਨ ਗਲੀ ਦੇ ਰਮਣੀ ਮਹੱਲਾ ਗੁਰੂਗਾ ਤੇ ਕੀ ਆ ਕੰਧ ਦੀ ਡਿੱਗੀ ਇਹਦੇ ਕੀ ਮਾਮਲਾ ਹੈ, ਕਿੱਦਾਂ ਕੰਧ ਡਿੱਗੀ ਸਾਰਾ, ਇਹ ਕਿੱਦਾਂ ਕਹਿ ਵਾਪਰਿਆ ਸਾਰਾ? ਉਦੋਂ ਕੀ ਆਪੇ ਕੀ ਹੋਇਆ, ਕੀ ਕਿਤੇ ਸੁੱਤੇ ਰਾਤ ਸਾਰੀ ਇਹਨਾਂ ਸਾਰੇ ਵਿਹੜੇ 'ਚ ਸੁੱਤੇ ਸੀ। 4:30 ਮੈਂ ਗਿਆ ਵਾ, 5 ਵਜੇ ਮੈਨੂੰ ਫੋਨ ਆਇਆ ਕੰਧ ਡਿੱਗੀ ਆ ਅਤੇ ਸਾਰਿਆਂ ਨੂੰ ਮੁਹੱਲੇ ਵਾਲਾ ਕੱਢ ਕੇ ਹੋਸਪਿਟਲ ਖੜਿਆ ਅਤੇ ਇੱਕ ਦਿਨ ਮੌਕੇ 'ਤੇ ਰਹਿ ਕੇ ਹੋਸਪਿਟਲ। ਕੌਣ ਤੁਹਾਨੂੰ ਬਾਹਰ ਸੁੱਤਾ ਹੈ? ਸਾਰੇ ਪਰਿਵਾਰ ਵਾਲੇ, ਮੰਮੀ, ਭੈਣ, ਬੱਚੇ। ਅਤੇ ਡੈਥ ਕਿਹਦੀ ਹੋਈ ਹੈ? ਸਿਸਟਰ ਦੀ ਡੈਥ ਹੋ ਗਈ ਹੈ। ਬਾਕੀਆਂ ਦਾ ਕੀ ਹਾਲਾਤ ਹੈ? ਬਾਕੀਆਂ ਦੇ ਐਮਰਜੈਂਸੀ ਦੋ ਬੇਟਾ ਵਾ ਅਤੇ ਮੰਮੀ। ਕੀ ਕਾਰਨ ਹੈ ਕੰਧ ਡਿੱਗਣ ਦਾ? ਕੀ ਕਾਰਨ ਹੋ ਸਕਦਾ? ਕੰਧ ਪੁਰਾਣੀ ਸੀਗੀ ਜਾਂ ਕੁਛ ਹੋਰ? ਪੁਰਾਣੀ ਨਹੀਂ, ਇੰਨੀ ਪੁਰਾਣੀ ਵਾਲੀ ਪੁਰਾਣੀ ਹੋਣੀ ਹੈਗੀ ਸੀ। ਭੱਜ ਕੇ ਘਰੋਂ ਆਏ ਹਾਂ, ਮੇਰੇ ਹਸਬੈਂਡ ਨੇ ਇੱਧਰੋਂ ਕੱਢਿਆ ਵਾ ਕੁੜੀ ਦੇ ਥੋੜ੍ਹੇ ਥੋੜ੍ਹੇ ਪੈਰ ਦਿਖਣ ਦੇ, ਸਾਰੀ ਕੁੜੀ ਨੱਪੀ ਪਈ ਸੀ। ਫਿਰ ਬਾਹਰ ਲਿਆਂਦਾ ਸੀ ਕੱਢ ਕੇ ਅਤੇ ਕੁੜੀ ਦੇ ਮੂੰਹ 'ਚੋਂ ਖੂਨ ਨਿਕਲੀ ਜਾਂਦਾ ਸੀ। ਫਿਰ ਮੇਰੇ ਘਰ ਵਾਲੇ ਨੇ ਹਸਪਤਾਲ ਖੜਿਆ ਸੀ ਅਤੇ ਉਹਦੇ ਇਹਦਾ ਬੇਟਾ ਆਉਂਦਾ ਸੀ, ਮੇਰੀ ਮਾਂ ਦਾ ਵੀ ਕਰਦੇ ਨਹੀਂ ਜੋ ਇਲਾਜ, ਉਹ ਆਉਂਦੇ ਵੀ ਮੇਰੇ ਘਰ ਵਾਲੇ ਨੂੰ ਆਉਂਦੇ ਵੀ ਇਹ ਤਾਂ ਮੁੱਕ ਗਈ ਆ। ਫਿਰ ਉਹਨਾਂ ਨੇ ਘਰ ਲੈ ਗਏ ਨੇ। ਕਿੰਨੇ ਕੁ ਜਣੇ ਬਾਹਰ ਸੁੱਤੇ ਹੋਏ ਜਦੋਂ ਕੰਧ ਡਿੱਗੀ? ਇਹ ਜੋ ਤਾਈ ਸੀ ਅਤੇ ਤਾਈ ਦੀਆਂ ਪੋਤਰੀਆਂ ਸੀ ਅਤੇ ਬੇਟਾ ਸੀ ਉਹਨਾਂ ਦਾ ਪੋਤਰਾ ਅਤੇ ਦੀਦੀ ਸੀ ਇੱਥੇ ਪਏ। 4-5 ਜਣੇ ਹੈਗੇ? ਹਾਂਜੀ, 4-5 ਜਣੇ ਇੱਥੇ ਹੈਗੇ ਸੀ। ਬੜਾ ਮਾੜਾ ਹਾਲ ਆਇਆ, ਕਿੱਦਾਂ ਦਾ ਜਦੋਂ ਤੁਸੀਂ ਆਏ ਵੇਖਿਆ ਅਤੇ ਕਿਸ ਤਰ੍ਹਾਂ ਦਾ? ਬਹੁਤ ਜ਼ਿਆਦਾ ਦੀਦੀ ਦਾ ਬਹੁਤ ਜ਼ਿਆਦਾ ਮੰਦਾ ਹਾਲ ਸੀ ਦੀਦੀ ਦਾ, ਅਤੇ ਬਹੁਤ ਜ਼ਿਆਦਾ ਦੀਦੀ ਤਾਂ ਸਾਰੀ ਟਾਣਾ ਨੱਪੀ ਪਈ ਸੀ। ਦੀਦੀ ਨੂੰ ਤਾਂ ਬਹੁਤ ਮੁਸ਼ਕਲ ਕੱਢਿਆ ਵਾ, ਖੂਨ ਮੂੰਹ 'ਚੋਂ ਬਹੁਤ ਨਿਕਲਣ ਦਿਆ ਸੀ, ਹਾਲਾਤ ਨਹੀਂ ਸੀ ਉਹਦੇ ਬੱਚੇ ਵਾਲੇ, ਅਤੇ ਜਿੰਨਾ ਚਿਰ ਨੂੰ ਖੜਿਆ ਸੀ ਉਦੋਂ ਨੂੰ ਮੁੱਕ ਗਈ ਸੀ ਦੀਦੀ ਦਾ ਜਿਹੜਾ ਵਾ, ਉਹ ਵੀ ਇੱਟਾਂ 'ਚੋਂ ਕੱਢਿਆ ਅਤੇ ਮਾਤਾ ਦਾ ਵੀ ਸਿਰ ਪਾਰ ਗਿਆ ਅਤੇ ਇਹ ਹੁਣ ਪਤਾ ਨਹੀਂ ਹਲੇ। ਸਰਕਾਰ ਤੋਂ ਪਰਿਵਾਰ ਵਾਸਤੇ ਕੀ ਮੰਗ ਕਰਦੇ ਜੋ? ਅਸੀਂ ਤਾਂ ਸਰਕਾਰ ਤੋਂ ਪਰਿਵਾਰ ਵਾਸਤੇ ਇਹੋ ਮੰਗ ਕਰਦੇ ਹਾਂ ਵੀ ਉਹ ਜੋ ਗਰੀਬ ਦਾ ਨੁਕਸਾਨ ਹੋਇਆ ਹੈ, ਪਰਿਵਾਰ 'ਚ ਕੈਸ਼ ਨੈਸ ਹੋ ਗਿਆ ਵੀ, ਅਤੇ ਇਹਨਾਂ ਦੀ ਵੱਧ ਤੋਂ ਵੱਧ ਜਿੰਨੀ ਸਰਕਾਰ ਗਾੜੀ, ਮੇਰੀ ਉਮੀਦ ਆ ਵੀ ਇਹਨਾਂ ਨੂੰ ਸਰਕਾਰ ਵੱਲੋਂ ਇਹਨਾਂ ਦੀ ਸਹਾਇਤਾ ਕੀਤੀ ਜਾਵੇ। ਜਿਹੜੀ ਲੜਕੀ ਦਾ ਆਪਣਾ ਮੌਕੇ 'ਤੇ ਮੌਤ ਹੋ ਗਈ ਆ, ਉਹਦੇ 2 ਬੱਚੇ ਆ, ਠੀਕ ਆ ਜੀ, ਅਤੇ ਉਹ ਆਪਣਾ ਕਿਹੜੀ ਬੜੌਦਾ ਬੈਂਕ 'ਚ ਲੱਗੇ ਸੀ, ਉੱਥੇ ਹੁਣ ਆਪਣਾ ਹਾਲਾਤ ਜੀ, ਇਹਨਾਂ ਨੂੰ ਇੱਟਾਂ ਦੇ ਥੱਲਿਓਂ ਕੱਢਿਆ ਗਿਆ ਜੀ, ਇੱਟਾਂ ਉੱਪਰ ਆਈਆਂ ਸੀ, ਆਹ ਦੇਖੋ ਨਿਸ਼ਾਨ ਪਏ ਆ ਜਿਹੜੇ ਇੱਥੇ ਇੱਥੇ ਪਏ ਸੀ, ਉਹ ਇੱਟਾਂ ਆਸੇ ਪਾਸੇ ਪਈਆਂ, ਕੋਹ 'ਤੇ ਡਿੱਗੀਆਂ ਸੀ, ਚੁੱਕ